ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਰਾਈਟ ਟੂ ਐਜੂਕੇਸ਼ਨ। ਮੈਂ ਗੁਰਵਿੰਦਰ ਸਿੰਘ। ਸੋ ਦੇਖੋ, ਰੀਸੈਂਟਲੀ ਹੁਣੇ ਮੈਂ SBI ਜੁਆਇਨ ਕੀਤਾ, ਸਟੇਟ ਬੈਂਕ ਆਫ ਇੰਡੀਆ। ਅਤੇ ਆਫਟਰ ਮਾਈ ਜੁਆਇਨਿੰਗ ਬਹੁਤ ਸਾਰੇ ਸਟੂਡੈਂਟਸ ਦੀ ਮੈਨੂੰ ਵਿਸ਼ਿਜ਼, ਬਹੁਤ ਸਾਰੇ ਸਟੂਡੈਂਟਸ ਨੇ ਮੈਨੂੰ ਕੰਗ੍ਰੈਚੁਲੇਟ ਕੀਤਾ। ਅਤੇ ਬਹੁਤ ਸਾਰੇ ਸਟੂਡੈਂਟਸ ਦੀ ਕੁਐਰੀਜ਼ ਰਹਿੰਦੀਆਂ ਕਿ ਸਰ ਕਿੱਦਾਂ ਤੁਸੀਂ ਇਹਲਾ ਐਗਜ਼ਾਮ ਕਰੈਕ ਕੀਤਾ। ਅਤੇ ਬਾਕੀ ਇਸ ਤੋਂ ਪਹਿਲਾਂ ਮੈਂ IBPS ਵੀ ਕਲੀਅਰ ਕੀਤਾ ਸੀ, ਅਤੇ IBPS ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਰਿਜ਼ਾਈਨ ਦੇ ਕੇ ਮੈਂ ਸਟੇਟ ਬੈਂਕ ਆਫ ਇੰਡੀਆ ਜੁਆਇਨ ਕੀਤਾ। ਸੋ ਸਟੂਡੈਂਟਸ ਨੂੰ ਬਹੁਤ ਸਾਰੀ ਕੁਐਰੀਜ਼ ਰਹਿੰਦੀਆਂ ਕਿ ਸਰ ਹੁਣ ਕਿੱਦਾਂ ਪ੍ਰਿਪੇਅਰ ਕਰੀਏ, ਸਾਨੂੰ ਵੀ ਥੋੜ੍ਹੇ ਟ੍ਰਿਕਸ ਦੱਸੋ। ਅਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਿਲਕੁਲ ਬੇਸਿਕ ਟ੍ਰਿਕਸ ਦੱਸਾਂਗਾ ਕਿ ਕਿਹੜੇ ਕਿਹੜੇ ਸਟੈਪ ਨੂੰ ਫੋਲੋ ਕਰੋ ਜਿਹਦੇ ਨਾਲ ਤੁਸੀਂ ਇਹ ਐਗਜ਼ਾਮ ਕਰੈਕ ਕਰ ਸਕਦੇ ਹੋ ਬੈਂਕ ਦਾ। ਹੁਣ ਸਟੂਡੈਂਟਸ ਦੀ ਤਾਂ ਬਹੁਤ ਸਾਰੀ ਕੁਐਰੀਜ਼ ਨੇ। ਕੁਝ ਸਟੂਡੈਂਟਸ ਕਹਿੰਦੇ ਨੇ ਕਿ ਸਰ ਅਸੀਂ SBI ਨੂੰ ਫੋਕਸ ਕਰਨਾ ਹੈ, ਕੁਝ ਕਹਿੰਦੇ ਕਿ ਸਰ IBPS ਨੂੰ ਕਰੀਏ ਕਿ RRB ਨੂੰ ਕਰੀਏ, ਕੁਝ ਕਹਿੰਦੇ ਕਿ ਸਰ ਬੈਂਕ ਕਿਹੜਾ ਪ੍ਰਾਈਵੇਟਾਈਜ਼ ਹੋਏਗਾ। ਹੁਣ ਇਸ ਚੀਜ਼ ਦੀ ਤਾਂ ਨੌਲੇਜ ਐਗਜੈਕਟਲੀ ਤਾਂ ਮੈਨੂੰ ਵੀ ਨਹੀਂ ਪਤਾ ਹੋਊਗੀ ਕਿ ਕਿਹੜਾ ਪ੍ਰਾਈਵੇਟਾਈਜ਼ ਹੋਏਗਾ, ਬਟ ਇੱਕ ਸੇਫ ਸਾਈਡ ਚੱਲਣ ਲਈ ਮੈਂ ਤੁਹਾਨੂੰ ਸਾਰੇ ਵੇ ਦੱਸ ਦਾਂਗਾ ਆਉਣ ਵਾਲੀ ਵੀਡੀਓਜ਼ ਦੇ ਵਿੱਚ। ਬਟ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਇਹ ਦੱਸਾਂਗਾ ਕਿ ਕਿੱਦਾਂ ਤੁਸੀਂ ਐਗਜ਼ਾਮ ਕਰੈਕ ਕਰ ਸਕਦੇ ਹੋ, ਕਿ ਕਿਹੜੇ ਕਿਹੜੇ ਟੋਪਿਕ ਪੜ੍ਹੋ, ਸਬਜੈਕਟ ਨੂੰ ਕਿੱਦਾਂ ਤੁਸੀਂ ਪੂਰੇ ਦਿਨ ਨੂੰ ਆਪਣਾ ਡਿਵਾਈਡ ਕਰੋ ਕਿ ਆਪਣੀ ਇੰਨੀ ਵਧੀਆ ਪ੍ਰੈਕਟਿਸ ਕਰ ਲਓ ਕਿ ਐਗਜ਼ਾਮ ਤੁਸੀਂ ਇਸੀ ਅਟੈਂਪਟ 'ਚ ਕਲੀਅਰ ਕਰ ਲਓ। ਇੱਕ ਹੋਰ ਪੁਆਇੰਟ, ਬਹੁਤ ਸਾਰੇ ਕੁਐਸਚਨਸ 'ਚੋਂ ਇੱਕ ਸਟੂਡੈਂਟ ਨੇ ਮੈਨੂੰ ਇਹ ਵੀ ਕੁਐਸਚਨ ਕੀਤਾ ਕਿ ਸਰ ਆਪਾਂ ਕਿਉਂ ਇੱਥੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਇੰਨੇ ਸਾਰੇ ਹਾਰਡਵਰਕ, ਇੰਨੇ ਜ਼ਿਆਦਾ ਹਾਰਡਵਰਕ ਕਰ ਰਹੇ ਹਾਂ, ਕੰਪਟੀਸ਼ਨ ਦੇ ਵਿੱਚ ਲੱਗੇ ਹਾਂ, ਇੰਨੀ ਘੱਟ ਵੈਕੈਂਸੀ ਤਾਂ ਨਿਕਲਦੀ ਹੈ, ਕਿਉਂ ਨਾ ਆਪਾਂ ਬਾਹਰ ਹੀ ਚਲੇ ਜਾਈਏ, ਸਰ ਤੁਸੀਂ ਕਿਉਂ ਨਹੀਂ ਕੈਨੇਡਾ ਚਲੇ ਗਏ, ਅਮਰੀਕਾ ਚਲੇ ਗਏ। ਸੋ ਕਿਸੇ ਦਿਨ ਇਸ ਟੋਪਿਕ 'ਤੇ ਵੀ ਵੀਡੀਓ ਬਣਾਵਾਂਗੇ ਕਿ ਕਿੱਦਾਂ ਮੈਂ ਪਿਛਲੇ ਇੰਨੇ ਟਾਈਮ ਤੋਂ ਕੰਪੀਟੀਟਿਵ ਐਗਜ਼ਾਮਸ ਨੂੰ ਕਲੀਅਰ ਕੀਤਾ, ਬਟ ਕੈਨੇਡਾ ਅਮੈਰੀਕਾ ਜਾਣ ਦਾ ਮੇਰਾ ਵਿਚਾਰ ਕਿਉਂ ਨਹੀਂ ਆਇਆ, ਜੋ ਕਿ ਹਰ ਆਪਣੇ ਪੰਜਾਬ ਦੇ ਵਿੱਚ ਹਰ ਯੂਥ ਇਹ ਚੀਜ਼ ਸੋਚਦਾ। ਚਲੋ ਕਦੀ ਫਿਰ ਸੋ ਦੇਖਾਂਗੇ। ਅੱਜ ਦੀ ਜੋ ਆਪਣੀ ਵੀਡੀਓ ਹੈ, ਇਹ ਆਪਣੀ SBI ਜਾਂ IBPS, RRB, RRB, PO, ਮਲਟੀਪਰਪਸ ਜਿੰਨੇ ਵੀ ਇੱਦਾਂ ਦੇ ਐਗਜ਼ਾਮ ਨੇ ਬੈਂਕਿੰਗ ਇੰਸ਼ੋਰੈਂਸ ਦੇ, ਸਾਰਿਆਂ ਨੂੰ ਫੋਕਸ ਕਰੇਗਾ। ਬਟ ਮੈਂ ਜੋ ਮੇਨ ਫੋਕਸ ਕਰਾਂਗਾ ਇਹ ਆਉਣ ਵਾਲੇ ਜੋ ਐਗਜ਼ਾਮ ਨੇ ਤੁਹਾਡੇ IBPS ਅਤੇ SBI, ਇਹਦੇ ਰਿਲੇਟਡ ਫੋਕਸ ਕਰ ਰਹੇ ਹਾਂ। ਦੇਖੋ, ਸਿੰਪਲ ਜੀ ਗੱਲ ਹੈ, ਤੁਸੀਂ SBI ਦੀ ਤਿਆਰੀ ਕਰ ਲਓ, IBPS ਦੀ ਤਿਆਰੀ ਕਰ ਲਓ, ਸਿਲੇਬਸ ਸੇਮ ਹੀ ਹੈ, ਠੀਕ ਹੈ ਨਾ, ਕੁਛ ਫਰਕ ਨਹੀਂ ਪੈਂਦਾ। ਮੈਂ ਜੋ IBPS 'ਚ ਪੜ੍ਹ ਕੇ ਗਿਆ ਸੀ, ਉਸ ਤੋਂ ਇਲਾਵਾ 1% ਵੀ ਐਕਸਟਰਾ ਨਹੀਂ ਪੜ੍ਹਿਆ SBI ਦੇ ਲਈ। IBPS ਦੀ ਤਿਆਰੀ ਦੇ ਨਾਲ ਹੀ SBI ਮੇਰਾ ਕਲੀਅਰ ਹੋ ਗਿਆ। ਇਟ ਮੀਨਸ ਤੁਸੀਂ ਕੋਈ ਵੀ ਪੇਪਰ ਤਿਆਰ ਕਰ ਲਓ, ਤੁਹਾਡਾ ਇਹਨਾਂ 'ਚੋਂ ਨਿਕਲ ਹੀ ਜਾਏਗਾ। IBPS ਅਤੇ SBI ਇਹਨਾਂ ਸਾਰਿਆਂ ਦਾ ਪੈਟਰਨ ਬਿਲਕੁਲ ਸੇਮ ਹੈ। ਸੋ ਬਸ ਇੱਕ RRB ਦੇ ਜੋ ਐਗਜ਼ਾਮ ਹੈ, ਇਹਨਾਂ ਦੇ ਪ੍ਰੀਲਿਮਸ 'ਚ ਫਰਕ ਪੈ ਜਾਂਦਾ, ਅਤੇ ਮੇਨਸ ਦੇ ਵਿੱਚ ਇੱਕ ਕੰਪਿਊਟਰ ਸੈਕਸ਼ਨ ਆ ਜਾਂਦਾ, ਇਹ ਫਰਕ ਪੈ ਜਾਂਦਾ, ਬਾਕੀ ਪੈਟਰਨ ਸਾਰੇ ਹੀ ਸੇਮ ਹੈ। ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸੋ ਦੇਖੋ, ਆਪਾਂ ਜਾਣਦੇ ਹਾਂ 4 ਸੈਕਸ਼ਨ ਹੈ, ਮੈਥਸ, ਰੀਜ਼ਨਿੰਗ, ਇੰਗਲਿਸ਼ ਐਂਡ GS। ਹੁਣ ਦੇਖੋ, ਪ੍ਰੀਲਿਮਸ ਦੇ ਵਿੱਚ ਤਾਂ ਤੁਹਾਡੀ ਕਰੰਟ ਅਫੇਅਰ ਇਹ ਕੁਛ ਆਉਣਾ ਨਹੀਂ ਹੈਗਾ, ਸੋ ਇਸ ਲਈ ਇਹਨੂੰ ਤਾਂ ਤੁਸੀਂ ਹਲੇ ਸਾਈਡ ਕਰ ਦਿਓ। ਹੁਣ ਮੈਥ, ਰੀਜ਼ਨਿੰਗ ਐਂਡ ਇੰਗਲਿਸ਼, ਮੈਂ ਇਹ 3 ਹੀ ਦੱਸਾਂਗਾ ਇਸ ਵੀਡੀਓ ਦੇ ਵਿੱਚ, ਅਤੇ ਇੱਕ ਵੀਡੀਓ ਮੈਂ ਬਣਾਊਂਗਾ ਕਰੰਟ ਅਫੇਅਰਸ ਦੇ ਲਈ, ਠੀਕ ਹੈ ਜੀ। ਪਹਿਲਾਂ ਪ੍ਰੀਲਿਮਸ ਤਾਂ ਕਲੀਅਰ ਕਰੀਏ ਆਪਾਂ। ਹੁਣ ਦੇਖੋ, ਪ੍ਰੀਲਿਮਸ ਦੇ ਵਿੱਚ ਜੇ ਮੈਂ ਕਹਾਂ, ਮੇਰਾ ਫੇਵਰੇਟ ਜੋ ਸੈਕਸ਼ਨ ਰਹਿੰਦਾ ਸੀ ਉਹ ਰਹਿੰਦਾ ਸੀ ਰੀਜ਼ਨਿੰਗ, ਠੀਕ ਹੈ ਨਾ। ਮੈਥਸ ਮੈਂ ਪੜ੍ਹਾਉਂਦਾ ਸੀ, ਲੇਕਿਨ ਮੈਨੂੰ ਰੀਜ਼ਨਿੰਗ ਸਭ ਤੋਂ ਵਧੀਆ ਲੱਗਦੀ ਸੀ। ਕਿਉਂ? ਕਿਉਂਕਿ ਇਹਦੇ ਵਿੱਚ ਮੈਨੂੰ ਹੁੰਦਾ ਸੀ ਕਿ ਆਹ ਮੈਂ 35 ਜਾਂ 35 ਲੈ ਹੀ ਲੈਣੇ ਆ, ਠੀਕ ਹੈ ਨਾ, ਮਤਲਬ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਸੀ, ਬਣ ਜਾਂਦੇ ਆ। ਮੈਥਸ 'ਚ ਅਤੇ ਰੀਜ਼ਨਿੰਗ 'ਚ ਲਿੱਤੇ ਵੀ ਜਾਂਦੇ ਆ, ਉਹ ਕਈ ਵਾਰੀ ਹੁੰਦਾ ਕਿ ਐਗਜ਼ਾਮ ਕੁਛ ਜ਼ਿਆਦਾ ਡਿਫੀਕਲਟ ਆ ਜਾਵੇ, ਜਾਂ PO ਦਾ ਪੇਪਰ ਹੋਵੇ ਉਹਦੇ ਵਿੱਚ ਨਹੀਂ ਹੋ ਪਾਉਂਦਾ, ਬਟ ਕਲੈਰੀਕਲ ਦੇ ਪੇਪਰ ਦੇ ਵਿੱਚ ਵਧੀਆ ਸਕੋਰ ਕੀਤਾ ਜਾ ਸਕਦਾ ਰੀਜ਼ਨਿੰਗ ਅਤੇ ਮੈਥ ਦੇ ਵਿੱਚ। ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਰੀਜ਼ਨਿੰਗ ਦੀ। ਹੁਣ ਰੀਜ਼ਨਿੰਗ ਸਪੋਜ਼ ਕਰੋ, ਮੇਰਾ ਕੰਪਿਊਟਰ ਦੇ ਵਿੱਚ ਰੀਜ਼ਨਿੰਗ ਸੈਕਸ਼ਨ ਸ਼ੁਰੂ ਹੋ ਗਿਆ, ਠੀਕ ਹੈ ਨਾ। ਸੋ ਟਾਈਮ ਡਿਵੀਜ਼ਨ ਹੁੰਦੀ ਹੈ 20-20 ਮਿੰਟ ਦੀ, ਅਤੇ 35-35 ਅਤੇ 30 ਦਾ ਪੇਪਰ ਹੁੰਦਾ। ਹੁਣ ਮੰਨ ਲਓ ਜਿਵੇਂ ਮੈਂ ਰੀਜ਼ਨਿੰਗ ਨੂੰ ਸਟਾਰਟ ਕਰ ਰਿਹਾ, ਸਭ ਤੋਂ ਪਹਿਲਾਂ ਜਿਵੇਂ ਇੰਗਲਿਸ਼ ਆਉਂਦੀ ਹੈ, ਫਿਰ ਰੀਜ਼ਨਿੰਗ ਆਉਂਦੀ, ਫਿਰ ਮੈਥ ਆਉਂਦੀ, ਇੱਦਾਂ ਆ ਜਾਂਦਾ। ਸੋ ਮੰਨ ਲਓ ਜਿਵੇਂ ਮੈਂ ਰੀਜ਼ਨਿੰਗ ਸਟਾਰਟ ਕਰ ਰਿਹਾ, ਰੀਜ਼ਨਿੰਗ ਦਾ ਟਾਈਮ ਸਟਾਰਟ ਹੋ ਗਿਆ, ਮੇਰੇ ਕੋਲ 20 ਮਿੰਟ ਹੈਗੇ ਨੇ, ਅਤੇ 35 ਕੁਸ਼ਚਨ ਮੈਂ ਅਟੈਂਪਟ ਕਰਨੇ ਆ। ਹੁਣ ਉਹਦੇ ਵਿੱਚ ਮੈਂ ਜਾਂਦੀ ਪਜ਼ਲ ਨਹੀਂ ਉਠਾਉਂਦਾ ਸੀ, ਮੈਂ ਕੀ ਕਰਦਾ ਸੀ, ਜਾਂਦੇ ਸਾਰ ਸਭ ਤੋਂ ਪਹਿਲਾਂ ਸੈਕਸ਼ਨ ਜਿਹੜੇ ਜਿੱਥੋਂ ਸਕੋਰ ਘੱਟ ਟਾਈਮ 'ਚ ਕੀਤਾ ਜਾ ਸਕਦਾ, ਉਹ ਹੈ ਕੋਡਿੰਗ ਡੀਕੋਡਿੰਗ। ਸਭ ਤੋਂ ਪਹਿਲਾਂ ਕੋਡਿੰਗ ਡੀਕੋਡਿੰਗ ਲੱਭਦਾ ਸੀ। ਸੋ ਮਤਲਬ ਮੈਂ ਬਣਾਏ ਹੋਏ ਕਿ ਕਿੰਨਾਂ ਨੂੰ ਲੱਭਣਾ, ਜ਼ਰੂਰੀ ਸਿੱਧਾ ਕੋਡਿੰਗ ਡੀਕੋਡਿੰਗ ਹੀ ਲੱਭਣਾ। ਕੋਡਿੰਗ ਡੀਕੋਡਿੰਗ ਹੋ ਗਿਆ, ਅਲਫਾ ਨੂਮੈਰਿਕ ਹੋ ਗਿਆ, ਬਲੱਡ ਰਿਲੇਸ਼ਨ ਹੋ ਗਿਆ, ਡਾਇਰੈਕਸ਼ਨਸ ਹੋ ਗਏ। ਸੋ ਇੱਦਾਂ ਦੇ ਕੁਛ ਟੋਪਿਕ, ਚੁਣਿੰਦਾ ਟੋਪਿਕ ਸੀਗੇ ਜਿਨ੍ਹਾਂ ਨੂੰ ਮੈਂ ਲੱਭਦਾ ਸੀ ਅਤੇ ਜਾਂਦੇ ਹੀ ਉਹਨਾਂ 'ਤੇ ਅਟੈਕ ਕਰਦਾ ਸੀ, ਠੀਕ ਹੈ। ਸੋ ਇਹ ਜਿਹੜੇ ਟੋਪਿਕ ਸੀਗੇ ਮੇਰੇ 5 ਮਿੰਟ 'ਚ ਕਵਰ ਹੋ ਜਾਂਦੇ ਸੀ, ਮਤਲਬ 5 ਤੋਂ 6 ਮਿੰਟ ਲਗਾ ਲਓ, ਉਹਦੇ ਵਿੱਚ ਆ ਟੋਪਿਕ ਮੇਰੇ ਕਵਰ ਹੋ ਜਾਂਦੇ ਸੀ। ਹੁਣ ਉਸ ਤੋਂ ਬਾਅਦ ਕੀ ਹੁੰਦਾ, ਹੁਣ ਉਹ ਡਿਪੈਂਡ ਵੀ ਕਰਦਾ ਨਾ, PO ਦਾ ਪੇਪਰ ਥੋੜ੍ਹਾ ਟਾਈਮ ਲੱਗ ਵੀ ਜਾਂਦਾ,
ठीक है ना, पीओ के पेपर से कई बार जरूरी नहीं कि 35 से 35 अटैम्प्ट हो जाए, उत्थे तो फोकस बस इन्ना होंगे कि जिन्हें अटैम्प्ट किए सारे सही होने चाहिए है, ठीक है ना। इतने कलर्क से फोकस होंगे सी मेरा कि सारे अटैम्प्ट करने जो मर्जी हो जाए, ठीक है। सो फिर उस तो बाद की है, फिर मैं पजल्स पर जाता सी। सो ये तुसी भी माइंड से रखो, जे स्टार्टिंग साड़ी वधिया होगी ना फिर उस तो बाद ऑटोमैटिक स्मूथली जाता है। सो स्टार्ट तुसी अपना उस सैक्शन तो करना है जो थोड़ा स्ट्रोंग होएगा। मेरा स्ट्रोंग सीगा कोडिंग डिकोडिंग अल्फा न्यूमेरिक, मतलब ये मैनू एक मोटिवेशन देता सी कि भाई आ स्टार्ट थोड़ा वधिया हो गया, हुण अगे वधिया ही जाना, जो कि जाता भी सी मेरा। फिर उस तो बाद पजल्स, हुण पजल्स नू मैं की करता सी कुछ ना प्रैक्टिस कर करके पजल्स फेवरेट बन जाती है। हुण मेरी प्रैक्टिस जो सी ना वो बिल्डिंग वाले तुसी पजल्स बहुत सॉल्व करते होवोगे, वो बिल्डिंग्स वाली मैनू बहुत पसंद सी। वो तो जब आती सी मैनू इदा इदा प्रैक्टिस कर करके इन्ना कॉन्फिडेंस हो गया बिल्डिंग वाली नू कि ए आ गया तो मैं सब तो पहला ये कर लाँगा। सो बिल्डिंग आ गई, चल भी हो गया। एक आती होंगी है तुम देखते हो कि जनवरी फरवरी मार्च मंथ दे देंगे तो नाल उन्होंने डेज़ दे देंगे, एक 21 ते 28 है ना, इदा तो एक आती ईवन आउट दे देंगे। सो आले भी मैनू बहुत वधिया लगती सी ये दो पजल्स जो कि डेफिनेट आनी ही होंगे, ये ठीक है कभी वो पहला आ गई आ पहला आ गई, इन्हों दो मैं लभ के करता हूँ सी फटाफट। हुण एक होंगी है सीटिंग अरेजमेंट सर्कल वाली है ना, वो तो कई बार डिपेंड करता है कि एक तो जिमें कहते 8 बंदे है सर्कल च टेबल दे अराउंड बैठे ने, कई कई बार होंगे कि अनसर्टन बंदे है, जिहड़ी अनसर्टन वाली होंगी ना वो कई बार एंड च जाके कन्फ्यूज़ करती, तो इसलिए मैं अपने अकॉर्डिंग दस रहा। सो उन्होंने मैं प्रैफर करता सी कि लास्ट के करा, ठीक है जो टाइम बच जाता उन्होंने मैं लास्ट के करता सी। सो इदा के अनसर्टन वाले जो क्वेश्चन होंगे ना जेडे, एक तो मैं दो चीज़ा देखता सी जिथे अनसर्टेनिटी है तो दूजा जोड़ा लंबा, ठीक है ना, जो पजल बड़ी ज़्यादा ही डिटेल दी हुई है उन्होंने मैं लास्ट ही करता सीगा। सो ये सारे क्वेश्चन अटैम्प्ट करके चलो जी हूँ जाओ जो क्वेश्चन बच गए हैं। कलैरिकल 35 से 35 बन जाते हैं, बट तुम 35 से 30 भी लै लेंगे हो या 25 तक भी लै लेंगे हो ना तो वधिया हो जाता है, बट ये है ना कलैरिकल कट ऑफ ज़्यादा जाती, इसलिए कोशिश करो 35 से 30 रीजनिंग लै लो। सो जो तुम रीजनिंग वधिया स्कोर कर लेंगे हो बाकी सैक्शन भी मिला के तुम्हें ओवरऑल लीड वधिया मिल जाती है। सो यह मेरा रीजनिंग का तरीका, रीजनिंग अटैम्प्ट करन का तरीका। हूँ है मेरा मैथ्स का। सो मैथ्स मैं खुद पढ़ाता सी पिछले इन्ने साल तो पढ़ा रहा मैथ्स। सो मैथ्स का काफ़ी क्वेश्चन इदा के होंगे कि मैंने पता ही है कि आने ही आने क्वेश्चन, तो सब तो पहला जाके इन्हें अटैक करो, लेकिन मैथ्स कुछ इदा के क्वेश्चन भी होंगे जिन्ना मर्जी जोर लगा लो एग्जाम के विच, क्योंकि टाइम लिमिट होंगे नहीं हो पाते, उन्होंने मैं देखते ही छड़ दिता कभी मेरे मैथ्स के 35 से 35 नहीं आए, मैं कई बार अटैम्प्ट दिते ये तो, बट स्टेट के मैं बड़ी प्रैक्टिस हो जाती थी मैथ की, स्टेट के हमेशा मेरे मैथ्स के पेपर से फुल मार्क्स ही आते हैं क्योंकि उत्थे टाइम ज़्यादा होंगे इतने टाइम घट होंगे। हूँ मैथ्स के देखो की करता सी मैं, मैथ्स के सब तो पहला जाके मैं 4 सैक्शनस में देखना, 4 के पहला 3 लगा लो कि सिंपलीफिकेशन क्वाड्रेटिक इक्वेशन नंबर सीरीज, ये 3 सैक्शन हमेशा मैं लभ लेंदा सी ते लभदे इन्हां तिन्नां नूं सॉल्व कर लेंदा सी। मान लो इन्हां तिन्नां दे मिला के 12 क्वेश्चन भी आ गए तो बहुत कॉन्फिडेंस राइज हो जाता है। सो तीनों सैक्शन नूं सॉल्व करके फिर उस तो बाद मैं DI ही करता सी। DI कई बार 3 DI दे देंदे है ना, सो इन्नी जे ज़्यादा DI आ गई सो उहदे विच देख लेना कि वाली आई है। एक मैं ना वो वाली कैसलेट DI नूं अवॉइड करता सी, उन्हूं मैं हमेशा मतलब सोचता सी कि इन्हूं मैं लास्ट ही करना है। केसलेट तुसीं देखिया होगा, केसलेट DI जिहड़ी हुंदी एक पूरी पैराग्राफ दिता हुंदा उन्हूं बना के सॉल्व करना हुंदा, वो मेरी मतलब बिल्कुल नहीं फेवरेट सीगी। सो उन्हूं मैं हमेशा ही मैथ्स लास्ट दे विच ही रखता सी जे आंदी है ना। फिर उस तो बाद बाकी DI's दा मैं मतलब जिहड़ी टैबुलर होगी लाइन ग्राफ होगी इहदी तां प्रैक्टिस हुंदी सीगी, ये तो ईजीली हो जाती सी। बाकी कई बार मिसिंग प्रीलिम्स से तो मिसिंग आनी नहीं है, प्रीलिम्स से बेसिक आती है, सो प्रीलिम्स के ये सारी चीज़ा कवर हो जाती हैं। सो मैथ्स के 35 से 25 नंबर लै लेंगे हो जे तुसी स्टार्टिंग अपनी वधिया कर लो। सो यही चीज़ कह रहे हैं, स्टार्ट वधिया कर लो उस तो बाद सब वधिया हो जाता है। हुण इहदे विच मैं एक चीज़ दसदा, स्टूडेंट्स प्रैक्टिस गलत कर लेंगे सारे चैप्टर करन लग जाते, बट मैं तुहानू एक वे दसदा, इस वे दे नाल जे तुसी मैथ्स करोगे मैथ्स तुहाडा हमेशा वधिया तैयार होगा। तो मैं पिछले सालों तो जो स्टूडेंट्स नूं पढ़ाउंदा उस एक्सपीरियंस तो दस रहा कि स्टूडेंट्स दे विच फर्क दिखता है मैनू, ठीक है। सो सब तो पहला देखो जब भी तुसी मैथ्स नूं प्रिपेयर करना शुरू करना, क्वांट सैक्शन नूं प्रिपेयर करना, सब तो पहला चैप्टर तुसी करो सिंपलीफिकेशन एंड फ्रैक्शन, ठीक है, मतलब इकट्ठे ही हो जाता सिंपलीफिकेशन फ्रैक्शन, ये दो चीज़ों तो स्टार्ट करो अपना बेस। उस तो बाद अगे जाओ तुसी अपना नंबर सीरीज से। सो सिंपलीफिकेशन फ्रैक्शन नंबर सीरीज आ 3 जिहड़े चैप्टर है एक बैच बना लो, ठीक है ना, बैच 1 2 3 4 इदा।
ਸੋ ਇਹਨਾਂ ਤਿੰਨਾਂ ਨੂੰ ਇੱਕ ਪੈਕਟ 'ਚ ਰੱਖਤਾ ਅਤੇ ਇਸ ਪੈਕਟ ਦੇ ਵਿੱਚ ਤੁਸੀਂ ਸਿੰਪਲੀਫਿਕੇਸ਼ਨ ਫਰੈਕਸ਼ਨ ਨੰਬਰ ਸੀਰੀਜ਼ ਕਰ ਲੈਣੀ। ਜੇ ਤਿੰਨ ਚੈਪਟਰ ਇਕੱਠੇ ਕਰ ਲਏ ਤੁਹਾਡਾ ਬੇਸ ਬਹੁਤ ਵਧੀਆ ਤਿਆਰ ਹੋ ਜੂਗਾ। ਆਫਟਰ ਦਿਸ ਹੁਣ ਤੁਸੀਂ ਅੱਗੇ ਜਾਣਾ ਹੈ ਐਵਰੇਜ ਐਂਡ ਏਜਿਸ, ਆਹ ਦੋਨੋਂ ਇਕੱਠੇ ਕਰਨੇ ਚੈਪਟਰ। ਜਦ ਐਵਰੇਜ ਚੈਪਟਰ ਕਰੋਗੇ ਨਾਲ ਹੀ ਏਜਿਸ ਚੈਪਟਰ ਨੂੰ ਤੁਸੀਂ ਕਰ ਲਓ। ਐਵਰੇਜ ਐਂਡ ਏਜਿਸ ਇੱਕ ਪੈਕਟ 'ਚ ਨੂੰ ਬਣਾ ਲਓ, ਇਹ ਦੋਨੋਂ ਇਕੱਠੇ ਕਰਨੇ ਹੈ। ਫਿਰ ਉਸ ਤੋਂ ਬਾਅਦ ਤੀਜਾ ਸੈਕਸ਼ਨ ਤੁਸੀਂ ਰੱਖੋ ਪਰਸੈਂਟੇਜ ਐਂਡ ਪ੍ਰੋਫਿਟ ਐਂਡ ਲੋਸ। ਪਰਸੈਂਟੇਜ ਇੱਕ ਅਤੇ ਪ੍ਰੋਫਿਟ ਲੋਸ, ਇਹ ਦੋਨੋਂ ਚੈਪਟਰ ਇਕੱਠੇ ਕਰਨੇ ਹੈ। ਸੋ ਬੈਚ ਬਣਾਈ ਜਾਓ। ਸੋ ਪਹਿਲਾਂ ਕੀ ਹੈ ਸਿੰਪਲੀਫਿਕੇਸ਼ਨ ਨੰਬਰ ਸੀਰੀਜ਼ ਅਤੇ ਫਰੈਕਸ਼ਨ, ਦੂਜੇ ਨੰਬਰ 'ਤੇ ਐਵਰੇਜ ਐਂਡ ਏਜਿਸ, ਤੀਜੇ ਨੰਬਰ 'ਤੇ ਆਪਾਂ ਪੜ੍ਹਿਆ ਪ੍ਰੋਫਿਟ ਲੋਸ ਐਂਡ ਪਰਸੈਂਟੇਜ। ਅੱਗੇ ਜਾਓ, ਅੱਗੇ ਤੁਸੀਂ ਜੋ ਕਰਨਾ ਹੈ ਆਪਾਂ ਸੈਕਸ਼ਨ ਬਣਾਏ ਹੋਏ, ਮੈਂ ਇੱਥੇ ਲਿਖੇ ਹੋਏ ਹੈ ਰੇਸ਼ੀਓ ਪ੍ਰਪੋਰਸ਼ਨ ਐਂਡ ਮਿਕਸਚਰ ਐਲੀਗੇਸ਼ਨ। ਰੇਸ਼ੀਓ ਪ੍ਰਪੋਰਸ਼ਨ ਮਿਕਸਚਰ ਐਲੀਗੇਸ਼ਨ ਇਕੱਠੇ ਕਰੋਗੇ। ਫਿਰ ਟਾਈਮ ਐਂਡ ਵਰਕ, ਮਤਲਬ ਪਾਈਪ ਐਂਡ ਸਟਰੀਮ ਵੀ ਨਾਲ ਹੀ ਆ ਗਿਆ ਉਹਦੇ, ਉਹ ਇੱਕ ਚੈਪਟਰ ਅਲੱਗ ਹੀ ਕਰਨਾ ਤੁਸੀਂ, ਠੀਕ ਹੈ ਨਾ, ਕਿਉਂਕਿ ਉਹਦਾ ਥੋੜ੍ਹਾ ਅਲੱਗ ਹਿਸਾਬ ਹੈ ਬਾਕੀਆਂ ਤੋਂ। ਅੱਗੇ ਆਉਂਦਾ ਇੱਕ ਟਾਈਮ ਐਂਡ ਡਿਸਟੈਂਸ। ਟਾਈਮ ਐਂਡ ਡਿਸਟੈਂਸ ਜਦ ਕਰੋਗੇ ਤੁਹਾਡਾ ਆਟੋਮੈਟਿਕਲੀ ਬੋਟ ਐਂਡ ਸਟਰੀਮ ਅਤੇ ਟ੍ਰੇਨਸ ਚੈਪਟਰ ਵੀ ਕਵਰ ਹੋ ਜਾਂਦਾ। ਸੋ ਆਹ ਇਕੱਠੇ ਹੀ ਕਰਨੇ ਆ ਸਾਰੇ, ਟਾਈਮ ਐਂਡ ਡਿਸਟੈਂਸ ਕਰੋਗੇ, ਬੋਟ ਸਟਰੀਮ ਅਤੇ ਟ੍ਰੇਨ, ਇਹ ਸਾਰੇ ਇਕੱਠੇ ਕਰ ਲੈਣੇ ਆ, ਠੀਕ ਹੈ। ਜਦ ਵੀ ਆ ਮੈਂ ਸਬਜੈਕਟ ਚੈਪਟਰ ਬੋਲਦਾ ਨਾ, ਮੈਨੂੰ ਆਪਣੀ ਕਲਾਸਿਸ ਯਾਦ ਆ ਜਾਂਦੀਆਂ, ਕਿਵੇਂ ਮੈਂ ਇੱਕ ਮੋਰਨਿੰਗ ਬੈਚ ਪੜ੍ਹਾਉਂਦਾ ਸੀ, ਈਵਨਿੰਗ ਬੈਚ ਪੜ੍ਹਾਉਂਦਾ ਸੀ, ਇੱਕ ਦੁਪਹਿਰੇ ਵੀ ਬੈਚ ਪੜ੍ਹਾਉਂਦਾ ਸੀ, ਪਿਛਲੇ ਸਾਲ ਮੈਂ ਔਨਲਾਈਨ ਬੈਚਸ ਪੜ੍ਹਾਏ, ਲੋਕਡਾਊਨ ਦੇ ਵਿੱਚ ਔਨਲਾਈਨ ਬੈਚਸ ਪੜ੍ਹਾਏ, ਮਤਲਬ ਉਹਲਾ ਟਾਈਮ ਪੀਰੀਅਡ ਬਹੁਤ ਮਜ਼ਾ ਆਉਂਦਾ ਸੀ ਪੜ੍ਹਾ ਕੇ ਮੈਨੂੰ, ਠੀਕ ਹੈ ਨਾ। ਮਤਲਬ ਮੇਰੇ ਲਈ ਟੀਚਿੰਗ ਇੱਦਾਂ ਸੀ ਕਿ ਬਸ ਪ੍ਰੋਫੈਸ਼ਨ ਹੀ ਬਣ ਗਿਆ ਅਤੇ ਪ੍ਰੋਫੈਸ਼ਨ ਦਿਲੋਂ ਪੜ੍ਹਾ ਰਿਹਾ ਸੀ, ਇੰਨਾ ਮਜ਼ਾ ਆਉਂਦਾ ਸੀ ਨਾ ਟੀਚਿੰਗ ਦੇ ਵਿੱਚ। ਚਲੋ ਟਾਈਮ ਨਿਕਲ ਗਿਆ ਹੁਣ, ਨੈਕਸਟ। ਲਿਟਰਲੀ ਮੈਂ ਬਹੁਤ ਮਿਸ ਕਰਦਾ, ਕਈ ਵਾਰੀ ਮੈਂ ਆਪਣੇ ਉਸ ਜਾਂ ਇਕੱਲਾ ਵੀ ਮੈਂ ਸੈਰ ਕਰਦਾ ਜਾਂਦਾ ਨਾ, ਮੈਨੂੰ ਉਹ ਇੰਸਟੀਟਿਊਟਸ ਦੇ ਡੇਜ਼ ਯਾਦ ਆਉਂਦੇ ਹੁੰਦੇ ਆ, ਸਟੂਡੈਂਟਸ ਨੂੰ ਪੜ੍ਹਾ ਰਿਹਾ, ਹਿਸਟਰੀ, ਜੋਗ੍ਰਫੀ, ਮੈਥ, ਕਰੰਟ ਅਫੇਅਰਸ, ਮਤਲਬ ਸਾਰੇ ਸਬਜੈਕਟ ਇੱਕ ਤਰੀਕੇ ਦੇ ਪੜ੍ਹਾ ਦਿੰਦਾ ਸੀ ਮੈਂ, ਰੀਜਨਿੰਗ ਅਤੇ ਇੰਗਲਿਸ਼ ਨੂੰ ਛੱਡ ਕੇ। ਪੜ੍ਹਾਉਣ ਨੂੰ ਤਾਂ ਰੀਜਨਿੰਗ ਵੀ ਪੜ੍ਹਾ ਸਕਦੇ ਹਾਂ, ਬਟ ਫਿਰ ਇੱਕ ਕਮਾਂਡ ਜੀ ਘੱਟ ਜਾਂਦੀ ਹੈ। ਮੇਨ ਗੱਲ ਇਹ ਹੁੰਦੀ ਹੈ ਕਿ ਮੈਂ ਖੁਦ ਤਿਆਰੀ ਕਰ ਰਿਹਾ ਸੀ, ਇਸ ਲਈ ਇਹ ਸਬਜੈਕਟ ਬਾਕੀ ਪੜ੍ਹਾ ਰਿਹਾ ਸੀ, ਨਹੀਂ ਤਾਂ ਸਟੂਡੈਂਟ ਕਹਿੰਦੇ ਕਿ ਇੱਕ ਸਬਜੈਕਟ ਦੇ ਵਿੱਚ ਹੀ ਤੁਹਾਨੂੰ ਪਰਫੈਕਸ਼ਨ ਲੈਣੀ ਚਾਹੀਦੀ, ਬਿਕੋਜ਼ ਮੈਂ ਇਹਦੇ ਵਿੱਚ ਜਾਣਾ ਨਹੀਂ ਸੀਗਾ, ਮੈਂ ਇੱਥੋਂ ਜਾਣਾ ਹੀ ਗੌਰਮੈਂਟ ਡਿਪਾਰਟਮੈਂਟ ਦੇ ਵਿੱਚ ਸੀ, ਅਦਰਵਾਈਜ਼ ਨਹੀਂ ਤਾਂ ਜੇ ਇੱਕ ਸਬਜੈਕਟ ਚੁਣਨਾ ਹੁੰਦਾ ਮੈਂ ਜੀ ਕੇ ਜ਼ਰੂਰ ਚੁਣਦਾ, ਅਤੇ ਮੇਰਾ ਬਹੁਤ ਹੀ ਮਨ ਕਰਦਾ ਹਾਲੇ ਵੀ ਟੀਚਿੰਗ ਕਰਨ ਦਾ, ਬਟ ਟਾਈਮ ਦੀ ਕਮੀ ਹੋਣ ਕਰਕੇ ਅਤੇ ਹੁਣ ਬੈਂਕਿੰਗ ਦੇ ਵਿੱਚ ਅੱਗੇ ਕਰੀਅਰ ਬਣਾਉਣਾ, ਸੋ ਇਸ ਲਈ ਟੀਚਿੰਗ ਮੈਂ ਛੱਡੀ ਹੈ, ਬਟ ਇੱਦਾਂ ਯੂਟਿਊਬ 'ਤੇ ਮੈਂ ਵੀਡੀਓ ਜ਼ਰੂਰ ਪਾਵਾਂਗਾ ਹੁਣ। ਨੈਕਸਟ ਹੈ ਕਿ ਤੁਸੀਂ ਸਿੰਪਲ ਇੰਟਰਸਟ ਐਂਡ ਕੰਪਾਊਂਡ ਇੰਟਰਸਟ, ਇਹ ਦੋ ਚੈਪਟਰ ਹਮੇਸ਼ਾ ਇਕੱਠੇ ਕਰੀਓ, ਸਿੰਪਲ ਇੰਟਰਸਟ ਐਂਡ ਕੰਪਾਊਂਡ ਇੰਟਰਸਟ। ਉਸ ਤੋਂ ਬਾਅਦ ਇੱਕ ਚੈਪਟਰ ਆਉਂਦਾ ਹੈ ਐਡਵਾਂਸ ਮੈਥ ਦਾ, ਇੱਕ ਚੈਪਟਰ ਹੁੰਦਾ ਹੈ ਏਰੀਆ ਵੋਲਿਊਮ। ਸੋ ਏਰੀਆ ਵੋਲਿਊਮ ਵੀ ਤੁਸੀਂ ਕਰਨਾ ਹੈ, ਏਰੀਆ ਵੋਲਿਊਮ ਫ੍ਰੀ ਦੇ ਨੰਬਰ ਆਉਂਦੇ ਆ ਪ੍ਰੀਲਿਮਸ ਦੇ ਵਿੱਚ, ਬਹੁਤ ਹੀ ਬੇਸਿਕ ਕੁਸ਼ਚਨ ਆਉਂਦਾ ਮੈਥਸ ਦੇ ਵਿੱਚ, ਸੋ ਏਰੀਆ ਵੋਲਿਊਮ ਜ਼ਰੂਰ ਕਰੀਓ। ਫਿਰ ਉਸ ਤੋਂ ਬਾਅਦ ਪ੍ਰੋਬੇਬਿਲਟੀ ਐਂਡ ਪਰਮੂਟੇਸ਼ਨ ਕੋਂਬੀਨੇਸ਼ਨ, ਇਹ ਮੈਂ ਸਟੂਡੈਂਟਸ ਨੂੰ ਕਹਿ ਕਹਿ ਕੇ ਥੱਕ ਜਾਂਦਾ ਸੀ, ਉਹ ਛੱਡ ਦਿਓ ਯਾਰ, ਇੱਧਰੋਂ ਇੱਕ ਕੁਸ਼ਚਨ ਮਸਾ ਹੀ ਆਉਣਾ, ਕਦੀ ਪ੍ਰੀਲਿਮਸ 'ਚ ਬਹੁਤ ਰੇਅਰ ਚਾਂਸ ਹੀ ਹੁੰਦਾ ਇੱਧਰੋਂ ਕੁਸ਼ਚਨ ਆ ਜਾਵੇ, ਬਟ ਮੈਂ ਫਿਰ ਵੀ ਕਰਦਾ ਸੀ ਅਤੇ ਕਰਾਉਂਦਾ ਵੀ ਸੀ ਕਿ ਐਵੇਂ ਇੱਕ ਨੰਬਰ ਨਾਲ, ਅੱਧੇ ਨੰਬਰ ਨਾਲ ਬੱਚਾ ਰਹਿ ਜਾਂਦਾ, 0.25 ਨਾਲ ਵੀ ਰਹਿ ਜਾਂਦਾ, ਸੋ ਇਸ ਲਈ ਕਰ ਲਓ, ਬਟ ਇਹਨੂੰ ਜ਼ਿਆਦਾ ਸੀਰੀਅਸ ਨਹੀਂ ਲੈਣਾ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਦੇਖੋ ਇੰਗਲਿਸ਼, ਇੰਗਲਿਸ਼ ਜੋ ਸਬਜੈਕਟ ਹੈ ਨਾ, ਮਤਲਬ ਆਪਣੇ ਲਗਾ ਲਓ ਕਿ ਬਹੁਤ ਜ਼ਿਆਦਾ ਬੋਇਜ਼ ਦਾ ਵੀਕ ਹੁੰਦਾ, ਠੀਕ ਹੈ। ਫਿਰ ਉਸ ਤੋਂ ਬਾਅਦ ਜੇ ਆਪਾਂ ਜ਼ਿਆਦਾ ਵਧੀਆ ਸਕੂਲ ਤੋਂ ਨਹੀਂ ਪੜ੍ਹੇ ਹੈਗੇ ਤਾਂ ਵੀ ਥੋੜ੍ਹੀ ਪ੍ਰੋਬਲਮ ਹੁੰਦੀ, ਮਤਲਬ ਸਾਡਾ ਸੋਸਾਇਟੀ ਜ਼ਿਆਦਾ ਹੀ ਇੱਦਾਂ ਦੀ ਨਹੀਂ ਹੈਗੀ, ਆਪਣਾ ਸਰਕਲ ਇੱਦਾਂ ਦਾ ਨਹੀਂ, ਇੰਗਲਿਸ਼ ਨਹੀਂ ਆਪਾਂ ਪ੍ਰੈਕਟਿਸ ਕਰਦੇ, ਸੋ ਇੰਗਲਿਸ਼ ਦਾ ਫੋਬੀਆ ਜਿਹਾ ਰਹਿੰਦਾ ਸ਼ੁਰੂ ਤੋਂ। ਬਟ ਵੈਸੇ ਇਹਦਾ ਕੋਈ ਲੈਣ ਦੇਣ ਨਹੀਂ ਹੈ ਕਿ ਤੁਸੀਂ ਇੰਗਲਿਸ਼ ਬੋਲਦੇ ਹੋ ਅਤੇ ਇੰਗਲਿਸ਼ ਪੜ੍ਹ ਰਹੇ ਹੋ ਜੋ ਕੰਪੀਟੀਟਿਵ ਲੈਵਲ ਦੀ ਹੈ, ਸੋ ਬਟ ਫਿਰ ਵੀ ਫਰਕ ਜਿਹਾ ਪੈਂਦਾ, ਕੋਨਫੀਡੈਂਸ ਨਹੀਂ ਆਉਂਦਾ ਅਤੇ ਬੱਚੇ ਸ਼ੁਰੂ ਹੀ ਨਹੀਂ ਕਰਦੇ, ਸੋ ਸ਼ੁਰੂ ਤੋਂ ਐਂਡ ਤੱਕ ਮੈਥ, ਰੀਜਨਿੰਗ, ਜੀ ਕੇ 'ਚ ਹੀ ਪਏ ਰਹਿੰਦੇ, ਬਟ ਤੁਸੀਂ ਨਹੀਂ ਪੈਣਾ, ਇੰਗਲਿਸ਼ ਨੂੰ ਕਰ ਲਿਓ। ਮੈਂ ਤੁਹਾਨੂੰ ਦੱਸਦਾ ਆਪਣਾ, ਮੈਂ ਵੀ ਜ਼ਿਆਦਾ ਇੰਗਲਿਸ਼ ਨਹੀਂ ਪੜ੍ਹੀ, ਮੈਂ 2018 ਦੇ ਵਿੱਚ SSC ਜਦ ਕਲੀਅਰ ਕੀਤਾ ਸੀ ਤਦ ਮੈਂ ਬੈਸਟ ਇੰਗਲਿਸ਼ ਪੜ੍ਹੀ ਸੀ, ਉਸ ਤੋਂ ਬਾਅਦ ਕਦੀ ਇੰਗਲਿਸ਼ ਨਹੀਂ ਪੜ੍ਹੀ, 2018 ਦੀ ਪੜ੍ਹੀ, ਇੰਗਲਿਸ਼ ਨੇ ਹੀ ਮੈਨੂੰ ਹਮੇਸ਼ਾ ਲੀਡ ਦਿੱਤੀ ਹੈ। ਕਿੱਦਾਂ ਪੜ੍ਹੀ ਮੈਂ 2018 ਦੀ ਇੰਗਲਿਸ਼? 2018 ਦੇ ਵਿੱਚ ਨਾ ਇੱਕ ਤਾਂ ਇੰਗਲਿਸ਼ ਦੇ ਵਿੱਚ ਗ੍ਰੈਮਰ ਦੇ ਰੂਲਸ ਇੰਨੇ ਜ਼ਿਆਦਾ, ਹੈ ਨਾ, ਸੋ ਉਹਨਾਂ ਸਮੇਂ 'ਚ ਨਾ ਇੱਕ ਸਰ ਸੀਗੇ ਅਮਨ ਵਸ਼ਿਸ਼ਟ, ਯੂਟਿਊਬ 'ਤੇ ਦੇਖਿਓ ਤੁਹਾਨੂੰ ਮਿਲ ਜਾਣਗੇ, ਸੋ ਉਹਨਾਂ ਦੇ ਨਾ ਮੈਂ ਯੂਟਿਊਬ ਦੀ ਕਾਫੀ ਕਲਾਸਿਸ ਲਗਾਈਆਂ, ਮੇਰਾ ਨਾ ਇੱਕ ਬੇਸ ਜਿਹਾ ਬਣ ਗਿਆ ਕਿ ਕਿੱਦਾਂ ਐਡਜੈਕਟਿਵ, ਠੀਕ ਹੈ ਨਾ, ਐਡਜੈਕਟਿਵ, ਨਾਊਨ, ਪ੍ਰੋਨਾਊਨ, ਪ੍ਰੈਪੋਜੀਸ਼ਨ ਕਿੱਦਾਂ ਬੇਸਿਕ, ਉਹ ਪੂਰਾ ਪ੍ਰੋਪਰਲੀ ਉਹਨਾਂ ਨੇ ਸਮਝਾਇਆ ਸੀ ਮੈਨੂੰ, ਉੱਥੋਂ ਦੀ ਬੇਸ ਜਿਹਾ ਬਣ ਗਿਆ। ਉਸ ਤੋਂ ਬਾਅਦ ਮੈਂ ਨਿਊਜ਼ ਦੇ ਵਿੱਚੋਂ ਹੀ ਲੱਭ ਲੈਂਦਾ ਸੀ ਕਿ ਇੱਦਾਂ ਦੇ ਐਰਰ ਬਣ ਸਕਦੇ ਆ, ਬਟ ਹੁਣ ਟਾਈਮ ਦੇ ਨਾਲ ਇਹ ਵੀ ਮੈਂ ਕਹਾਂ ਕਿ ਮੈਨੂੰ ਸਾਰਾ ਕੁਛ ਹੀ ਆ ਗਿਆ, ਗੱਲ ਸਹੀ ਨਹੀਂ ਹੈ, ਹੈ ਨਾ। ਸੋ ਮੈਂ ਕੀ ਕੀਤਾ, ਸਮਾਰਟਲੀ ਕੀ ਕਰਦਾ ਸੀ, ਐਗਜ਼ਾਮ ਦੇ ਵਿੱਚ 30 ਨੰਬਰ ਹੈ ਨਾ, ਇੰਗਲਿਸ਼ ਦੇ ਵਿੱਚ 30 ਨੰਬਰ ਹੈ, ਅਤੇ ਮੈਂ ਸਭ ਤੋਂ ਪਹਿਲਾਂ ਰੀਡਿੰਗ ਕੰਪਰੀਹੈਂਸ਼ਨ ਦੇਖਦਾ ਸੀ, ਮੈਨੂੰ ਪਤਾ 10 ਨੰਬਰ ਦਾ ਰੀਡਿੰਗ ਕੰਪਰੀਹੈਂਸ਼ਨ ਹੈ, 10 ਕੁਸ਼ਚਨ ਹੈ, 8 ਤੋਂ 10 ਕੁਸ਼ਚਨ ਆਉਂਦੇ ਹੈ,
ਤੇ ਇਹ ਜੇ ਮੈਂ ਵਧੀਆ ਕਰ ਲਿਆ ਨਾ ਸੈਕਸ਼ਨ ਤਾਂ ਇਹੀ ਕਲੀਅਰ ਹੋ ਗਿਆ ਸਿੱਧਾ, ਹੈ ਨਾ। ਸੋ ਰੀਡਿੰਗ ਕੰਪਰੀਹੈਂਸ਼ਨ 'ਚ ਕੀ ਕਰਨਾ, ਪਹਿਲਾਂ ਕੁਸ਼ਚਨ ਪੜ੍ਹ ਲਓ ਸਾਰੇ, ਪਤਾ ਲੱਗ ਜਾਂਦਾ ਕਹਾਣੀ ਕਿਤੇ ਰਾਊਂਡ ਘੁੰਮਣੀ ਹੈ। ਉਹ ਕੁਸ਼ਚਨ ਪੜ੍ਹ ਕੇ ਫਿਰ ਪੈਰਾਗ੍ਰਾਫ 'ਚ ਲੱਭ ਲਓ, ਸਿਨੋਨੀਅਮ ਐਂਟੋਨੀਅਮ ਤਾਂ ਵੈਸੇ ਬੋਲਡ ਕੀਤੇ ਹੁੰਦੇ ਉਹਨਾਂ ਨੇ, ਹੈ ਨਾ, ਜਾਂ ਇਟੈਲਿਕ 'ਚ ਲਿਖੇ ਹੁੰਦੇ ਜਾਂ ਬੋਲਡ ਕੀਤੇ ਹੁੰਦੇ, ਉਹ ਉੱਧਰੋਂ ਪਤਾ ਲੱਗ ਜਾਂਦਾ। ਹੁਣ ਇਹਦੇ ਵਿੱਚੋਂ ਇੱਕ ਕੁਸ਼ਚਨ ਹੁੰਦਾ ਕਿ ਜੋ ਔਥਰ ਹੈ ਉਹਦੀ ਫੀਲਿੰਗ ਕੀ ਹੈ ਇਸ ਪੈਸੇਜ ਦੇ ਵਿੱਚ, ਉਹ ਨਾ ਹਮੇਸ਼ਾ ਗਲਤ ਹੀ ਹੁੰਦਾ। ਸੋ ਇਹ ਕੁਸ਼ਚਨ ਨੂੰ ਇੱਕ ਅਵੋਇਡ ਮੈਂ ਕਰਦਾ ਹੁੰਦਾ ਸੀ, ਬਾਕੀ ਮੋਸਟਲੀ ਸਾਰੇ ਅਟੈਂਪਟ ਕਰਦਾ ਸੀ। ਬਾਕੀ ਅਟੈਂਪਟ ਤਾਂ ਇਹ ਵੀ ਕਰ ਹੀ ਦਿੰਦਾ ਸੀ, ਐਵੇਂ ਝੂਠ ਕਿਉਂ ਬੋਲਾਂ, ਅਟੈਂਪਟ ਇਹ ਵੀ ਹੋ ਜਾਂਦਾ ਸੀ, ਬਟ ਇਹ ਮੋਸਟਲੀ ਚਾਂਸਿਸ ਹੁੰਦੇ ਗਲਤ ਕਰਨ ਦੇ, ਕਿਉਂਕਿ ਉਹਦੀ ਫੀਲਿੰਗ ਕੀ ਹੈ ਉਹ ਚਾਰੋਂ ਆਪਸ਼ਨ ਇੱਕੋ ਜਿਹੀ ਲੱਗਦੇ ਹੁੰਦੇ ਆ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਮੈਂ ਰੱਖਦਾ ਫਿਲਰਸ, ਜੋ ਰੀਡਿੰਗ ਇੰਗਲਿਸ਼ ਦੇ ਵਿੱਚ ਫਿਲਰਸ ਆਉਂਦੇ ਆ ਨਾ, ਉਹ ਨੰਬਰ ਖਿੱਚਣ ਵਾਲੇ ਹੁੰਦੇ ਆ। ਸੋ ਉਹਨੂੰ ਧਿਆਨ ਨਾ ਕਰੋ। ਰੀਡਿੰਗ ਜੇ ਤੁਸੀਂ ਰੈਗੂਲਰ ਨਿਊਜ਼ ਪੇਪਰ ਪੜ੍ਹਦੇ ਰਹੋਗੇ ਨਾ, ਨਿਊਜ਼ ਪੇਪਰ ਨੂੰ ਮੈਂ ਇੰਗਲਿਸ਼ ਪੜ੍ਹਨ ਲਈ ਨਹੀਂ ਰੱਖਦਾ ਸੀ, ਨਿਊਜ਼ ਪੇਪਰ ਨੂੰ ਮੈਂ ਸਪੋਰਟਸ ਅਤੇ ਕਰੰਟ ਅਫੇਅਰਸ ਪੜ੍ਹਨ ਲਈ ਰੱਖਦਾ ਸੀ, ਬਟ ਉਹਦੇ ਨਾਲ ਰੈਗੂਲਰ ਪੜ੍ਹਨ ਦੇ ਨਾਲ ਇੰਗਲਿਸ਼ ਆਪਣੇ ਆਪ ਇੰਪਰੂਵ ਹੋ ਜਾਂਦੀ ਹੈ। ਫਿਰ ਮੈਂ ਐਡੀਟੋਰੀਅਲ ਇੱਕ ਹੁੰਦਾ ਸੀਗਾ, ਉਹਨੂੰ ਮੈਂ ਆਰਾਮ ਨਾਲ ਪੜ੍ਹਦਾ ਰਹਿੰਦਾ ਸੀ ਅਤੇ ਇੰਗਲਿਸ਼ ਉਹਦੇ 'ਚੋਂ ਕੱਢਦਾ ਹੁੰਦਾ ਸੀ। ਬਾਕੀ ਤਾਂ ਰੈਗੂਲਰ ਨੋਰਮਲੀ ਜਿਵੇਂ ਇੰਗਲਿਸ਼ ਪੜ੍ਹਦੇ ਉੱਦਾਂ ਪੜ੍ਹਦਾ ਰਹਿੰਦਾ ਸੀ। ਐਡੀਟੋਰੀਅਲ 'ਤੇ ਥੋੜ੍ਹਾ ਧਿਆਨ ਦਿੰਦਾ ਸੀ ਬਸ ਮੈਂ। ਇੱਕ ਨਾ ਵਿਸ਼ਾਲ ਸਰ ਕਰਕੇ ਹੈਗੇ ਨੇ, ਉਹ ਵੀ ਐਡੀਟੋਰੀਅਲ ਇੰਗਲਿਸ਼ ਪੜ੍ਹਾਉਂਦੇ ਨੇ ਅਤੇ ਉਹ ਬੈਂਕਿੰਗ ਦੀ ਇੰਗਲਿਸ਼ ਵੀ ਕਰਾਉਂਦੇ ਨੇ। ਸੋ ਉਹ ਵੀ ਤੁਸੀਂ ਦੇਖ ਸਕਦੇ ਹੋ, ਬਟ ਮੈਂ ਜ਼ਿਆਦਾ ਦੇਰ ਨਹੀਂ ਦੇਖੇ ਸੀ ਕਿਉਂਕਿ ਰੈਗੂਲਰ ਉਹ ਨਹੀਂ ਹੋ ਪਾਉਂਦਾ ਨਾਲ ਨਾਲ ਜੋਬ ਦੇ। ਸੋ ਮੈਂ ਨਹੀਂ ਜ਼ਿਆਦਾ ਦੇਰ ਕਰ ਪਾਇਆ, ਬਟ ਤੁਸੀਂ ਜੇ ਟਾਈਮ ਹੈ ਕਰ ਸਕਦੇ ਹੋ। ਸੋ ਜੇ ਮੈਂ ਤੁਹਾਨੂੰ ਯੂਟਿਊਬ 'ਤੇ ਕੁਛ ਸੋਰਸਿਸ ਦੱਸਾਂ, ਸਭ ਤੋਂ ਵਧੀਆ ਸੋਰਸ ਜੇ ਮੈਂ ਤੁਹਾਨੂੰ ਦੱਸਦਾ ਮੈਥਸ ਦੇ ਲਈ, ਹੁਣ ਇਹ ਮੈਥਸ ਵੀ ਡਿਪੈਂਡ ਕਰੇਗਾ ਕਿ ਤੁਸੀਂ SSC ਦੀ ਕਰਨੀ ਹੈ ਕਿ ਬੈਂਕਿੰਗ ਦੀ ਕਰਨੀ ਹੈ। ਬੈਂਕਿੰਗ ਦੀ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਨਾ ਸੁਮਿਤ ਸਰ ਹੈਗੇ ਨੇ, ਸੁਮਿਤ ਸਰ ਕਰਕੇ ਮੈਂ ਉਹਨਾਂ ਦੀ ਕਾਫੀ ਵੀਡੀਓਜ਼ ਦੇਖੀਆਂ ਸੀ। ਸੋ ਸੁਮਿਤ ਸਰ ਹੈਗੇ ਨੇ, ਉਹ ਦੇਖ ਸਕਦੇ ਹੋ ਉੱਥੋਂ ਦੀ। ਦੂਜਾ ਤੁਸੀਂ ਇੰਗਲਿਸ਼ ਦੀ ਗੱਲ ਕਰੋ, ਵਿਸ਼ਾਲ ਸਰ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਹੈ, ਵਿਸ਼ਾਲ ਸਰ ਹੈਲਪ ਕਰਦੇ ਆ। ਅਤੇ ਤੀਜੇ ਜਿਹੜੇ ਹੈਗੇ ਨੇ ਪੁਨੀਤ ਕਰਕੇ ਨਾ, ਇੱਕ ਉਹ ਰੀਜ਼ਨਿੰਗ ਦੇ ਬੜਾ ਵਧੀਆ ਲੈਵਲ ਹੈਗਾ ਉਹਨਾਂ ਦਾ। ਸੋ ਮੈਂ ਉਹਨਾਂ ਦੀ ਵੀਡੀਓਜ਼ ਵੀ ਦੇਖੀਆਂ ਸੀ। ਬਾਕੀ ਦੇਖੋ ਸੀਰੀਅਸਲੀ ਮੇਰਾ ਟੀਚਿੰਗ ਦਾ ਕੰਮ ਸੀਗਾ ਅਤੇ ਪੂਰਾ ਦਿਨ ਪੜ੍ਹਾਉਂਦੇ ਰਹਿਣਾ, ਹੈ ਨਾ। ਸੋ ਉਹਦੇ ਨਾਲ ਪ੍ਰੈਕਟਿਸ ਕਾਫੀ ਹੋ ਜਾਂਦੀ ਸੀ ਅਤੇ ਮੈਂ ਵੀਡੀਓਜ਼ ਇੰਨੀਆਂ ਜ਼ਿਆਦਾ ਵੀ ਨਹੀਂ ਦੇਖ ਪਾਉਂਦਾ ਸੀ, ਬਟ ਇਹ ਹੈ ਕਿ ਮੈਂ ਮੌਕ ਟੈਸਟ ਬਹੁਤ ਦੇ ਦਿੰਦਾ ਸੀ। ਵਿਹਲਾ ਬੈਠਾ ਚੱਲ ਵੀ ਟੈਸਟ ਲਗਾਈ ਜਾਓ, ਵਿਹਲਾ ਬੈਠਾ ਮੌਕ ਟੈਸਟ ਲਗਾਈ ਜਾਓ। ਮੈਂ ਫੋਨ ਕਰਦਾ ਸੀ, ਹਾਂਜੀ ਤੁਸੀਂ ਲਗਾਉਣਾ ਮੌਕ ਟੈਸਟ, ਉਦੋਂ ਕਹਿੰਦੇ ਹਾਂਜੀ ਚਲੋ ਟੈਸਟ ਲਗਾਉਂਦੇ ਹਾਂ। ਮੈਚ ਰੱਖ ਲੈਂਦਾ ਸੀ, ਮੈਨੂੰ ਇਹ ਚੀਜ਼ ਮੈਂ ਤੁਹਾਨੂੰ ਸੱਚੀ ਦੱਸਦਾ, ਕੋਈ ਗੱਪ ਨਹੀਂ ਹੈ, ਇਹ ਬਹੁਤ ਐਡਵਾਂਟੇਜ ਰਹੇਗਾ ਆਪਣੇ ਫਰੈਂਡ ਦੇ ਨਾਲ ਮੌਕ ਟੈਸਟ ਲਗਾਇਆ ਕਰੋ। ਮੇਰਾ ਇੱਕ ਫਰੈਂਡ ਮੇਰੇ ਫਰੈਂਡ ਸੀ, ਸੋ ਉਹਨਾਂ ਦੇ ਨਾਲ ਮੈਂ ਰੈਗੂਲਰ ਮੌਕ ਲਗਾਉਂਦਾ ਸੀ, ਮਾਨਸਾ ਤੋਂ ਸੀਗੇ, ਉਹਨਾਂ ਨਾਲ ਮੈਂ ਰੈਗੂਲਰ ਮੌਕ ਲਗਾਉਣਾ ਅਤੇ ਹਰ ਵਕਤ ਮੌਕ, ਜਦ ਵੀ ਫ੍ਰੀ ਹੋਣਾ, ਹਾਂਜੀ ਫ੍ਰੀ ਹੋ ਮੌਕ ਲਾਈਏ, ਚਲੋ ਜੀ ਚਲੋ ਟੈਸਟ ਹੋ ਗਿਆ, ਇੱਕ ਗੇਮ ਲੱਗ ਗਈ। ਸੋ ਉਹ ਕਦੀ ਜਿੱਤ ਜਾਣ, ਮੈਂ ਜਿੱਤਿਆ, ਇੱਦਾਂ ਹਰ ਰੋਜ਼ ਚੱਲਦਾ ਸੀ। ਸੋ ਇਹ ਇੱਕ ਸੋਰਸ ਸੀਗਾ, ਇਹ ਇੱਕ ਵੇ ਸੀਗਾ ਜਿਹਦੇ ਨਾਲ ਮੈਂ ਆਪਣੀ ਸਪੀਡ ਬਣਾਈ, ਪ੍ਰੈਕਟਿਸ ਇੰਨੀ ਜ਼ਿਆਦਾ ਕੀਤੀ ਅਤੇ ਐਗਜ਼ਾਮ ਮੇਰਾ IBPS ਵਾਲਾ ਕਲੀਅਰ ਹੋਇਆ। ਫਿਰ ਉਸ ਤੋਂ ਬਾਅਦ ਇੰਨੀ ਜ਼ਿਆਦਾ ਮੈਂ ਪ੍ਰੈਕਟਿਸ ਨਹੀਂ ਕਰ ਪਾਇਆ ਕਿਉਂਕਿ ਬੈਂਕ ਦੀ ਜੋਬ ਜੁਆਇਨ ਕਰ ਲਈ ਸੀ, ਅਤੇ SBI ਵੀ ਮੈਂ ਉਹੀ ਪ੍ਰੈਕਟਿਸ ਦੇ ਨਾਲ ਹੀ ਕਲੀਅਰ ਕਰਤਾ। ਲਿਟਰਲੀ ਦੱਸ ਰਿਹਾ, ਕੋਈ ਗੱਪ ਨਹੀਂ ਹੈ, ਬਿਲਕੁਲ ਸੱਚਾਈ ਹੈ। ਮੈਂ ਉਸ ਤੋਂ ਬਾਅਦ ਕੋਈ ਮੌਕ ਨਹੀਂ ਦਿੰਦਾ ਸੀ ਕਿਉਂਕਿ ਮੈਂ SBI ਜੁਆਇਨ ਪੰਜਾਬ ਐਂਡ ਸਿੰਧ ਬੈਂਕ ਜੁਆਇਨ ਕਰ ਚੁੱਕਾ ਸੀ, ਬਟ ਪ੍ਰੈਕਟਿਸ ਇੰਨੀ ਜ਼ਿਆਦਾ ਸੀਗੀ ਕਿ ਉਹੀ ਪ੍ਰੈਕਟਿਸ ਦੇ ਨਾਲ ਆ ਪੇਪਰ ਵੀ SBI ਦਾ ਵੀ ਕਲੀਅਰ ਹੋ ਗਿਆ। ਅਤੇ ਰਹੀ ਗੱਲ ਕਰੰਟ ਅਫੇਅਰਸ ਦੀ, ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗਾ, ਇਹ ਵੀਡੀਓ ਆਲਰੇਡੀ ਬਹੁਤ ਲੰਬੀ ਹੋ ਚੁੱਕੀ ਹੈ। ਸੋ ਦੀਜ਼ ਆਰ ਸਮ ਸੀਕਰੇਟ ਪੁਆਇੰਟਸ ਵਿਚ ਹੈਲਪ ਮੀ ਟੂ ਕਲੀਅਰ ਦੀਜ ਬੈਂਕਿੰਗ ਐਗਜ਼ਾਮ IBPS ਔਰ SBI। ਸੋ ਮੈਨੂੰ ਲੱਗਦਾ ਤੁਸੀਂ ਇਹਨਾਂ ਨੂੰ ਜ਼ਰੂਰ ਫੋਲੋ ਕਰੋਗੇ, ਅਤੇ ਜੇ ਫਿਰ ਵੀ ਕੋਈ ਡਾਊਟ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਤੇ ਕਮੈਂਟ ਕਰਕੇ ਪੁੱਛ ਲਓ, ਜਾਂ ਫਿਰ ਟੈਲੀਗ੍ਰਾਮ ਨੂੰ ਟੈਲੀਗ੍ਰਾਮ ਚੈਨਲ 'ਤੇ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ। ਸੋ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਵੀ ਜ਼ਰੂਰ ਕਰਿਓ। ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਾਏ, ਗੋਡ ਬਲੈਸ ਯੂ ਆਲ।